ਸਰਕਾਰੀ ਕਾਲਜ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਲੋਕਾਂ ਨੂੰ ਸੱਭਿਆਚਾਰ ਦੇ ਨਾਲ ਜੋੜਨ ਦੇ ਮਕਸਦ ਦੇ ਨਾਲ ਇੱਕ ਸੂਫੀ ਫੈਸਟੀਵਲ 14 ਦਸੰਬਰ ਤੋਂ 17 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੇ ਵੱਲੋਂ ਕੀਤਾ ਗਿਆ। ਇਸ ਮੌਕੇ ਦੇ ਉੱਪਰ ਪੰਜਾਬ ਭਰ ਦੇ ਸੂਫੀ ਗਾਇਕ ਇੱਕ ਇੱਕ ਦਿਨ ਕਰਕੇ ਆਪਣੀ ਹਾਜ਼ਰੀ ਲਗਵਾਉਣਗੇ। ਦੱਸ ਦਈਏ ਕਿ ਇਸ ਮੌਕੇ ਦੇ ਉੱਪਰ ਦੂਰ ਦੁਰੇੜਿਓਂ ਅਤੇ ਨੇੜਿਓਂ ਲੋਕ ਜੋ ਨੇ ਉਹ ਆ ਰਹੇ ਨੇ ਅਤੇ ਇਸ ਸੂਫੀ ਫੈਸਟੀਵਲ ਦਾ ਆਨੰਦ ਮਾਣ ਰਹੇ ਨੇ। ਇਸ ਮੌਕੇ ਦੇ ਉੱਪਰ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਹੈ, ਜਿਸ ਕਰਕੇ ਇਹ ਸੂਫੀ ਫੈਸਟੀਵਲ ਮਲੇਰਕੋਟਲਾ ਵਿਖੇ ਕਰਵਾਇਆ ਜਾ ਰਿਹਾ ਹੈ, ਜੋ ਕਿ ਬਾਅਦ ਵਿੱਚ ਪੰਜਾਬ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਵੀ ਹੋਵੇਗਾ। ਨਾਲ ਹੀ ਉਹਨਾਂ ਕਿਹਾ ਹੈ ਕਿ ਉਹ ਧੰਨਵਾਦ ਕਰਦੇ ਨੇ ਕਿ ਸਰਕਾਰ ਦਾ, ਜਿੱਥੇ ਕਿ ਖਾਸ ਤੌਰ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ, ਜਿਨ੍ਹਾਂ ਨੇ ਫੈਸਟੀਵਲ ਕਰਵਾਇਆ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਸੱਭਿਆਚਾਰਕ ਮੰਚ ਸਜਾਏ ਜਾ ਰਹੇ ਨੇ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਦੇ ਵਾਸਤੇ ਕਦਮ ਦਰ ਕਦਮ ਅੱਗੇ ਚਾਲੇ ਪਾ ਦਿੱਤੇ ਗਏ ਨੇ। ਸੂਫੀ ਫੈਸਟੀਵਲ ਜੋ ਮਲੇਰਕੋਟਲਾ ਦੀ ਧਰਤੀ ਤੇ ਪਹਿਲੀ ਵਾਰ ਮਨੋਕਿਤ ਕੀਤਾ ਗਿਆ ਔਰ ਇਹਦੇ ਲਈ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦਾ ਤੇ ਕੈਬਨਿਟ ਮੰਤਰੀ ਮੈਡਮ ਗਗਨ ਅਨਮੋਲ ਗਗਨ ਸਾਹਿਬਾ ਦਾ ਬਹੁਤ ਬਹੁਤ ਧੰਨਵਾਦ ਕਰਦਾ।